ਸਸ਼ਕਾ ਦੋਸਤੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਪਿਛਲੇ ਦਿਨੀ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਵੱਲੋਂ ਲਏ ਗਏ ਫੈਸਲੇ ਨਾਲ ਪੂਰੇ ਦੇਸ਼ ਭਰ ਦੇ ਵਿੱਚ ਜਿਵੇਂ ਕਿ ਤੂਫਾਨ ਦਾ ਅਤੇ ਬਵਾਲ ਦਾ ਇੱਕ ਮਾਹੌਲ ਜਿਹਾ ਬਣ ਚੁੱਕਿਆ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਅਮਿਤ ਸ਼ਾਹ ਜੀ ਨੇ ਕਿਹਾ ਸੀ ਵਨ ਨੇਸ਼ਨ ਵਨ ਲੈਂਗੁਏਜ। ਇਹ ਦੋਸਤੋ ਮੇਰੇ BJP ਦੇ ਅਮਿਤ ਸ਼ਾਹ ਦਾ ਕੋਈ ਪਹਿਲਾ ਨਾਰਾ ਨਹੀਂ ਹੈ ਵਨ ਨੇਸ਼ਨ ਵਨ ਲੈਂਗੁਏਜ। ਇਸ ਤੋਂ ਪਹਿਲਾਂ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਵਨ ਨੇਸ਼ਨ ਵਨ ਇਲੈਕਸ਼ਨ, ਜਿਵੇਂ ਲੋਕ ਸਭਾ ਅਤੇ ਵਿਧਾਨ ਸਭਾ ਇਲੈਕਸ਼ਨ ਵੀ ਪੂਰੇ ਦੇਸ਼ ਦੇ ਵਿੱਚ ਇਕੱਠੇ ਕਰਵਾਏ ਜਾਣ। ਉਸ ਤੋਂ ਬਾਅਦ ਜਿਵੇਂ ਕਿ ਕਰਨਾਟਕਾ ਦੇ ਵਿੱਚ ਹੋਰ ਵੀ ਦੋ ਤਿੰਨ ਸਟੇਟ, ਕਰਨਾਟਕਾ ਦੇ ਵਿੱਚ ਹੋਰ ਕਾਫੀ ਕੁਝ ਸਟੇਟਾਂ ਦੇ ਵਿੱਚ ਜਿਵੇਂ ਕਿ ਕਾਂਗਰਸ ਦੀ ਸਰਕਾਰ ਨੂੰ ਜ਼ਬਰ ਸੀ ਘੇਰ ਕੇ BJP ਨੇ ਉੱਥੇ ਆਪਣੀ ਸਰਕਾਰ ਬਣਾਈ। ਉਸ ਤੋਂ ਬਾਅਦ ਕਾਫੀ ਪੋਲੀਟੀਸ਼ਨਾਂ ਨੇ ਇਹ ਗੱਲ ਵੀ ਕਹੀ ਕਿ BJP ਦਾ ਹੁਣ ਇਹ ਨਾਰਾ ਵੀ ਵਨ ਨੇਸ਼ਨ ਵਨ ਪਾਰਟੀ। ਦੋਸਤੋ ਹੁਣ ਜੇ ਵਨ ਨੇਸ਼ਨ ਵਨ ਲੈਂਗੁਏਜ ਦੀ ਗੱਲ ਕਰਦੇ, ਇਹਦਾ ਜਿਹੜਾ ਵਿਰੋਧ ਸੀਗਾ ਕੋਈ ਸਾਊਥ ਸਟੇਟਾਂ ਵਿੱਚ, ਜਿਵੇਂ ਕਿ ਦੱਖਣੀ ਦੇਸ਼ ਤਾਮਿਲਨਾਡੂ ਕਰਨਾਟਕਾ, ਉਹ ਦੇਸ਼ਾਂ ਨੇ ਇਸ ਬਿੱਲ ਦਾ ਪਹਿਲਾਂ ਵੀ ਵਿਰੋਧ ਕੀਤਾ ਸੀ, ਜਿਹੜਾ ਕਿ ਮੋਦੀ ਸਰਕਾਰ ਦੀ ਪਹਿਲੀ ਜੋ ਕਿ ਪਹਿਲੀ ਸਰਕਾਰ ਸੀਗੀ 2014-2019 ਦੇ ਵਿੱਚ, ਉਦੋਂ ਵੀ ਮੋਦੀ ਸਰਕਾਰ ਨੇ ਇਹ ਕਿਹਾ ਸੀ ਕਿ ਵਨ ਨੇਸ਼ਨ ਵਨ ਲੈਂਗੁਏਜ ਦਾ ਮੁੱਦਾ ਲਿਆਇਆ ਜਾਵੇ। ਪਰ ਉਸ ਤੋਂ ਬਾਅਦ ਪੂਰੇ ਸਾਊਥ ਸਾਈਡ ਨੇ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਸੀ। ਈਵਨ ਦੈਟ ਖੁਦ BJP ਦੇ ਸਾਂਸਦਾਂ ਨੇ, NDA ਦੇ ਸਹਿਯੋਗੀ ਪਾਰਟੀ ਦਲਾਂ ਨੇ ਇਸ ਮੁੱਦੇ ਇਸ ਬਿੱਲ ਨੂੰ ਨਕਾਰਾਤਮਕ ਰੂਪ ਦੇ ਦਿੱਤਾ ਸੀਗਾ। ਪਰ ਹੁਣ ਦੋਸਤੋ ਇਹ ਗੱਲ ਆ ਚੁੱਕੀ ਕਿਉਂਕਿ BJP ਕੋਲ ਹੁਣ ਬਹੁਤ ਹੈ, 300 ਤੋਂ ਵੱਧ ਸੀਟਾਂ ਨੇ BJP ਕੋਲ, ਕੱਲੀ ਕੋਲ ਉੱਥੇ ਉਹਨਾਂ ਦਾ ਰਾਜ ਸਭਾ ਦੇ ਵਿੱਚ ਵੀ ਪੂਰੀ ਤਰ੍ਹਾਂ ਦਾ ਸਮਰਥਨ ਹੈ। ਅਤੇ ਹੁਣ ਜਿਵੇਂ ਕਿ BJP ਨੇ ਪਿਛਲੇ ਮੌਨਸੂਨ ਸਤਰ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਫੈਸਲੇ ਦਿੱਤੇ ਨੇ, ਭਾਵੇਂ ਉਹ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਤੋੜਨੀ ਹੋਵੇ ਅਤੇ ਹੋਰ ਵੀ ਕਾਫੀ 3 ਤਲਾਕ ਦੇ ਉੱਤੇ ਕਾਫੀ ਐਵੇਂ ਦੇ ਸਟ੍ਰਿਕਟ ਫੈਸਲੇ ਦਿੱਤੇ ਨੇ, ਜਿਹਦੇ ਕਰਕੇ ਹੁਣ ਲੋਕ BJP ਨੂੰ ਇੱਕ ਡਿਟੈਕਟਰਸ਼ਿਪ ਤਾਨਾਸ਼ਾਹੀ ਪਾਰਟੀ ਸਮਝਣ ਲੱਗ ਗਏ ਪਏ ਨੇ। ਅਤੇ ਦੋਸਤੋ ਆਪਾਂ ਗੱਲ ਕਰੀਏ ਵਨ ਨੇਸ਼ਨ ਵਨ ਪਾਰਟੀ, ਤਾਂ ਇਹਦਾ ਮਤਲਬ ਵੀ ਪੂਰੇ ਦੇਸ਼ ਦੇ ਵਿੱਚ ਆਲਮ ਵਾਲ ਅਤੇ ਹਿੰਦੀ ਭਾਸ਼ਾ ਇੱਕ ਰਾਸ਼ਟਰੀ ਭਾਸ਼ਾ ਬਣ ਜੂਗੀ। ਉਹਦੇ ਵਿੱਚ ਉੱਥੇ ਸਾਡੇ ਪੰਜਾਬ ਦੇ ਬਹੁਤ ਹੀ ਮਸ਼ਹੂਰ ਸਿੰਗਰ ਸ਼੍ਰੀ ਗੁਰਦਾਸ ਮਾਨ ਜੀ ਨੇ ਵੀ ਕਿਹਾ ਹੈ ਵੀ ਵਨ ਨੇਸ਼ਨ ਅਤੇ ਵਨ ਪਾਰਟੀ ਵੀ ਇੱਕੋ ਲੈਂਗੁਏਜ ਵਿੱਚ ਕੋਈ ਜ਼ਿਆਦਾ ਸਾਨੂੰ ਸਮੱਸਿਆ ਨਹੀਂ ਹੋਣੀ ਚਾਹੀਦੀ ਸਾਨੂੰ ਇਸ ਚੀਜ਼ ਨੂੰ ਅਡੋਪਟ ਕਰਨ ਦੇ ਵਿੱਚ। ਉੱਥੇ ਲੋਕਾਂ ਨੇ ਗੁਰਦਾਸ ਮਾਨ ਦਾ ਹੁਣ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਗੁਰਦਾਸ ਮਾਨ ਨੂੰ ਇਹ ਵੀ ਨਸੀਹਤ ਦਿੱਤੀ ਹੈ ਕਿ ਵੀ ਤੂੰ ਪੰਜਾਬੀ ਪੁੱਤ ਬਣਦਾ ਆਪਣੇ ਆਪ, ਤੂੰ ਤੇਰੇ ਸਾਰੇ ਗਾਣੇ ਪੰਜਾਬੀ ਹੁੰਦੇ ਨੇ, ਇੱਕ ਕਲਚਰਲ ਸੌਂਗ ਹੁੰਦੇ ਨੇ ਆਪਾਂ ਗੁਰਦਾਸ ਮਾਨ ਬਾਈ ਨੂੰ ਸੁਣਦੇ ਹਾਂ, ਉਹਦੇ ਨਾਲ ਲੋਕਾਂ ਨੇ ਹੁਣ ਗੁਰਦਾਸ ਮਾਨ ਨੂੰ ਕਾਫੀ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਦੋਸਤੋ ਗੱਲ ਕਰੀ ਜਾਵੇ ਤਾਂ ਪੰਜਾਬੀ ਨੂੰ ਲੈ ਕੇ ਤਾਂ ਪੰਜਾਬੀਆਂ ਦੇ ਵਿੱਚ ਵੀ ਇੱਕ ਬਹੁਤ ਤਕੜਾ ਬੈਟਲ ਸ਼ੁਰੂ ਹੋ ਚੁੱਕਾ ਹੈ, ਜਿਹੜਾ ਕਿ ਬੈਟਲ ਫੇਸਬੁੱਕ ਅਤੇ ਵਟਸਐਪ ਤੱਕ ਹੀ ਸੀਮਤ ਹੈ। ਤੁਹਾਨੂੰ ਜਿਵੇਂ ਕਿ ਪਤਾ ਹੋਵੇ ਤੁਸੀਂ ਫੇਸਬੁੱਕ ਚਲਾਉਂਦੇ ਵਟਸਐਪ ਚਲਾਉਂਦੇ, ਉਹਦੇ ਉੱਤੇ ਕਿਵੇਂ ਕਿਵੇਂ ਪੰਜਾਬੀ ਨੂੰ ਬਚਾਉਣ ਦੀ ਇੱਕ ਲੜਾਈ ਲੜੀ ਜਾ ਚੁੱਕੀ ਹੈ ਅਤੇ ਤਕਰੀਬਨ ਲਗਭਗ ਅਸੀਂ ਫੇਸਬੁੱਕ 'ਤੇ ਲੜਾਈ ਜਿੱਤੀ ਹੋਈ ਹੈ, ਕਿਉਂਕਿ ਅਸੀਂ ਇਹ ਲੜਾਈ ਸਿਰਫ ਫੇਸਬੁੱਕ 'ਤੇ ਜਿੱਤੇ, ਸੋਸ਼ਲ ਮੀਡੀਆ 'ਤੇ ਜ਼ਮੀਨੀ ਹਕੀਕਤ ਤੋਂ ਅਸੀਂ ਬਹੁਤ ਕੋਸੋਂ ਦੂਰ ਹਾਂ। ਦੋਸਤੋ ਜਿਵੇਂ ਕਿ ਪੰਜਾਬੀ ਦੇ ਇੱਕ ਬਹੁਤ ਹੀ ਉੱਕੇ ਲੇਖਕ ਸੀਗੇ ਸ਼੍ਰੀ ਸਤਿੰਦਰ ਸਿੰਘ ਨੂਰ, ਤੁਸੀਂ ਇਹਨਾਂ ਨਾਮ ਨਾਲ ਜਿਹੜੇ ਕਾਫੀ ਸਾਡੇ ਉਮਰ ਤੋਂ ਸੀਨੀਅਰ ਵੱਡੇ ਵੱਡੇ ਨੇ, ਕਾਫੀ ਜਿਹੜੇ ਕਿ ਵਿਦਵਾਨ ਜਗਤ ਨਾਲ ਜੁੜੇ ਨੇ, ਇਹਨਾਂ ਨਾਮ ਚੰਗੀ ਤਰ੍ਹਾਂ ਜਾਣਦੇ ਨੇ। ਇਹਨਾਂ ਦੇ ਭਰਾ ਵੀ ਸੀਗੇ ਡਾਕਟਰ ਗੁਰਭਗਤ ਸਿੰਘ, ਜਿਨ੍ਹਾਂ ਨੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕੀਤਾ ਸੀਗਾ, ਅਤੇ ਡਾਕਟਰ ਸਤਿੰਦਰ ਸਿੰਘ ਨੂਰ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਪੰਜਾਬੀ ਕਾਨਫਰੰਸ ਦੇ ਵਿੱਚ ਬੁਲਾਇਆ ਗਿਆ। ਅਤੇ ਡਾਕਟਰ ਸਤਿੰਦਰ ਸਿੰਘ ਨੂਰ ਜਦੋਂ ਪਹੁੰਚੇ ਅਤੇ ਉਦੋਂ ਪੰਜਾਬੀ ਕਾਫੀ ਵੱਡੇ ਵੱਡੇ ਵਿਦਵਾਨ ਆਏ ਅਤੇ ਸਿੱਖ ਚਿੰਤਕ ਆਏ ਹੋਏ ਪੰਜਾਬੀ ਲੈ ਕੇ ਵੱਡੇ ਵੱਡੇ ਗੱਲਾਂ ਕਰ ਰਹੇ ਹਨ। ਜਦੋਂ ਡਾਕਟਰ ਸਤਿੰਦਰ ਸਿੰਘ ਨੂਰ ਦੇ ਬਾਰੇ ਡਾਕਟਰ ਸਤਿੰਦਰ ਸਿੰਘ ਨੂਰ ਜੀ ਸਟੇਟ ਦੇ, ਉਹਨਾਂ ਨੇ ਇੱਕੋ ਗੱਲ ਪੁੱਛੀ ਕਿ ਤੁਹਾਡੇ ਪ੍ਰੋਫੈਸਰਾਂ ਦੇ ਵਿੱਚੋਂ ਕਿੰਨੇ ਪ੍ਰੋਫੈਸਰਾਂ ਦੇ ਬੱਚੇ ਪੰਜਾਬੀ ਮੀਡੀਅਮ ਸਕੂਲ ਦੇ ਵਿੱਚ ਪੜ੍ਹਦੇ ਨੇ, ਤਾਂ ਪੂਰੇ ਹਾਲ ਦੇ ਵਿੱਚ ਸਨਾਟਾ ਛਾ ਗਿਆ। ਅਤੇ ਉਹਨਾਂ ਨੇ ਕਿਹਾ ਵੀ ਅਗਲੀ ਗੱਲ ਮੈਨੂੰ ਇਹ ਦੱਸੋ ਵੀ ਤੁਹਾਡੇ ਵਿੱਚੋਂ ਕਿੰਨੇ ਸਰਕਾਰੀ ਪੰਜਾਬ ਸਰਕਾਰੀ ਨੌਕਰੀ ਕਰਨੀ ਚਾਹੁੰਦੇ ਨੇ, ਅਤੇ ਲਗਭਗ ਸਾਰੇ ਜੋ ਸਟੂਡੈਂਟ ਸੀ ਯੰਗਸਟਰ ਸਭ ਨੇ ਆਪਣਾ ਹੱਥ ਖੜਾ ਕੀਤਾ। ਅਤੇ ਉਹਨਾਂ ਨੇ ਇਹ ਸਵਾਲ ਪੁੱਛਿਆ ਵੀ ਅਤੇ ਹੁਣ ਤੁਸੀਂ ਇਹ ਦੱਸੋ ਤੁਸੀਂ ਕਿੰਨੇ ਲੋਕ ਆਪਣੇ ਜਵਾਕਾਂ ਨੂੰ ਪੰਜਾਬੀ ਮੀਡੀਅਮ ਦੇ ਵਿੱਚ ਪੜ੍ਹਾਉਣ ਜਾਂਦੇ ਹੋ, ਸਾਰਾ ਹੀ ਨਹੀਂ ਵੀ ਪਾ ਲਈ। ਤਾਂ ਡਾਕਟਰ ਸਾਹਿਬ ਨੇ ਕਿਹਾ ਵੀ ਇਹ ਕਾਨਫਰੰਸ ਇੱਥੇ ਖਤਮ ਹੋ ਚੁੱਕੀ ਹੈ, ਵੀ ਇਹਦਾ ਹੁਣ ਕੋਈ ਮਾਇਨ ਹੀ ਨਹੀਂ। ਮਤਲਬ ਕਿ ਜਦੋਂ ਤੁਸੀਂ ਖੁਦ ਹੀ ਪੰਜਾਬੀ ਨੂੰ ਪਿਆਰ ਨਹੀਂ ਕਰਦੇ, ਵੀ ਇੱਥੇ ਤੁਸੀਂ ਵੱਡੇ ਵੱਡੇ ਲੈਕਚਰ ਦੇ ਦਿਓ ਪੰਜਾਬੀ ਨੂੰ ਲੈ ਕੇ, ਵੀ ਤੁਹਾਡੇ 'ਚ ਕੋਈ ਵੀ ਬੱਚਾ ਤੁਹਾਡਾ ਪੰਜਾਬੀ ਸਕੂਲ 'ਚ ਪੜ੍ਹਦਾ, ਵੀ ਖਾਸ ਕਰਕੇ ਦੋਸਤੋ ਨਾ ਸਿੱਖ ਚਿੰਤਕਾਂ ਦੀ ਗੱਲ ਕਰਾਂ, ਜਿਹੜੇ ਵੱਡੇ ਵੱਡੇ ਹੁਣ ਤੁਸੀਂ ਦੇਖ ਲਓ, ਜਿਹੜੇ ਵੱਡੇ ਵੱਡੇ ਪੰਜਾਬੀ ਦੇ ਲੈਕਚਰ ਹੋਣਗੇ, ਲੈਕਚਰਾਰ ਹੋਣਗੇ ਜਾਂ ਪੰਜਾਬੀ ਦੇ ਪ੍ਰੋਫੈਸਰ ਹੋਣਗੇ, ਕਿਸੇ ਦਾ ਬੱਚਾ ਵੀ ਇੰਡੀਆ ਦੇ ਵਿੱਚ ਨਹੀਂ ਹੋਣਾ। ਇਹ ਮੈਂ ਨਹੀਂ ਕਰ, ਤੁਸੀਂ ਆਪਣੇ ਆਲੇ ਦੁਆਲੇ ਦੇਖੋ, ਸਾਰਿਆਂ ਦੇ ਬੱਚੇ ਜਾਂਦਾ ਕਨੇਡਾ ਜਾਂ ਫਿਰ ਅਮੈਰੀਕਾ, ਜਾਂ ਇਹਨਾਂ ਦੇ ਬੱਚੇ ਪੜ੍ਹਦੇ ਹੋਣਗੇ ਬ੍ਰਿਟਿਸ਼ ਵਰਗੇ ਸਕੂਲ, ਗੁਰੂ ਨਾਨਕ ਦੇਵ ਫਾਊਂਡੇਸ਼ਨ ਸਕੂਲ, ਤਾਂ ਕਿਤੇ ਵੀ ਜਿੱਦਾਂ ਡਾਕਟਰ ਸਤਿੰਦਰ ਸਿੰਘ ਨੂਰ ਦੀ ਗੱਲ ਕਰੀ ਵੀ ਜੇ ਤੁਸੀਂ ਪੰਜਾਬੀ ਬਚਾਉਣੀ ਹੈ ਤਾਂ ਸਭ ਤੋਂ ਪਹਿਲਾਂ ਸਰਕਾਰੀ ਸਕੂਲ ਜਾਓ, ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੰਜਾਬੀ ਮੀਡੀਅਮ ਭਾਸ਼ਾ ਪੜ੍ਹਾਈ ਜਾਂਦੀ ਹੈ। ਅਤੇ ਕਿਉਂਕਿ ਸਭ ਤੋਂ ਹੁਣ ਦੋਸਤੋ ਇੱਕ ਮੈਂ ਗੱਲ ਕਰਨਾ ਚਾਹੁੰਦਾ, ਲੇਡੀ ਫਾਤਿਮਾ ਸਕੂਲ, ਉੱਥੇ ਇੱਕ ਬੱਚੀ ਸੀਗੀ, ਉਸ ਬੱਚੀ ਕਿਉਂਕਿ ਉਹ ਮੇਰੀ ਮਿਸਿਸ ਕੋਲ ਟਿਊਸ਼ਨ ਪੜ੍ਹਨ ਆਈ, ਤਾਂ ਸਕੂਲੀ ਨੇ ਬੁੱਕ ਦੇ ਉੱਤੇ ਲਿਖਿਆ ਵੀ 50 ਰੁਪਏ ਫਾਈਨ, 50 ਰੁਪਏ ਨੂੰ ਪੁੱਛਿਆ ਵੀ ਤੈਨੂੰ 50 ਰੁਪਏ ਫਾਈਨ ਕਾਹਦੇ ਹੋਏ ਨੇ, ਤਾਂ ਉਹ ਕਹਿੰਦੇ ਮੈਂ ਆਪਣੀ ਕਲਾਸ ਦੇ ਵਿੱਚ ਆਪਣੀ ਨਾਲ ਦੀ ਕੁੜੀ ਨਾਲ ਪੰਜਾਬੀ 'ਚ ਗੱਲ ਕੀਤੀ। ਦੋਸਤੋ ਲੇਡੀ ਫਾਤਿਮਾ ਸਕੂਲ ਦੀ ਗੱਲ ਹੈ, ਜਿਹੜਾ ਕਿ ਇੱਧਰ ਸਨੌਰ ਰੋਡ
ਇਵਨ ਦੈਟ ਦਿਹਾੜੀਦਾਰ ਦਿਹਾੜੀਦਾਰ ਜਿਹੜਾ ਬੰਦਾ ਉਹ ਵੀ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਪਾਉਣ ਦਾ ਇੱਛੁੱਕ ਹੈ। ਪੰਜਾਬੀ ਤੋਂ ਅਸੀਂ ਇੰਨੀ ਨਫ਼ਰਤ ਕਰ ਰਹੇ ਹਾਂ। ਹੁਣ ਘੱਟੋ ਘੱਟ ਅਸੀਂ ਆਪਣੀ ਪਿਛਲੀ ਵੀਡੀਓ ਬਣਾਈ ਸੀਗੀ ਜਿਹਦੇ ਵਿੱਚ ਦੱਸਿਆ ਸੀ ਵੀ 2011 ਤੋਂ ਲੈ ਕੇ 2019 ਤੱਕ 8 ਲੱਖ ਬੱਚਾ ਸਾਡਾ ਪੰਜਾਬ ਛੱਡ ਕੇ ਕੈਨੇਡਾ, ਆਸਟ੍ਰੇਲੀਆ, ਅਮੈਰੀਕਾ ਵਰਗੇ ਸਟੇਟਾਂ ਦੇ ਵਿੱਚ ਸ਼ਿਫਟ ਹੋ ਚੁੱਕੇ ਆ। ਉਹ ਕੋਮਨ ਸੈਂਸ, ਉਹ ਪੰਜਾਬੀ ਦੇ ਪੰਜਾਬੀ ਦੀ ਸੇਵਾ ਕਰਨ ਦਾ ਗਿਆ ਸੀਗਾ, ਉਹ ਆਈਲੈਟਸ ਕਰਕੇ ਗਿਆ ਜਾਂ ਹੋਰ ਵੀ ਵਰਕ ਪਰਮਿਟ ਅਪਲਾਈ ਕਰਕੇ ਗਿਆ। ਤਾਂ ਦੋਸਤੋ, ਪੰਜਾਬੀ ਦਾ ਸਾਨੂੰ ਪੰਜਾਬੀ ਨੂੰ ਬਚਾਉਣ ਲਈ ਕਦੀ ਫੇਸਬੁੱਕ ਜਾਂ ਵਟਸਐਪ ਯੂਜ਼ ਨਹੀਂ ਕਰਨੀ ਚਾਹੀਦੀ, ਕਿਉਂਕਿ ਦੇਖਿਆ ਜਾਵੇ ਹਰ ਇੱਕ ਬੰਦੇ ਅੱਜ ਕੱਲ੍ਹ ਸਿੱਖ ਚਿੰਤਕ ਬਣੇ ਪਿਆ ਇਵਨ ਦੈਟ, ਕਿਉਂਕਿ ਯਾਰ ਕਿਸੇ ਨੇ ਪੰਜਾਬੀ ਤੋਂ ਕੁਛ ਨਹੀਂ ਲੈਣ ਦਾ, ਸਾਰਿਆਂ ਨੇ ਪੰਜਾਬੀ ਨੂੰ ਇੱਕ ਗੋਰ ਧੰਦਾ ਬਣਾਇਆ, ਆਪਣਾ ਪੈਸੇ ਕਮਾਉਣ ਦਾ ਤਰੀਕਾ ਬਣਾਇਆ। ਜਿਹਨੂੰ ਮਰਜ਼ੀ ਦੇਖ ਲਓ, ਚਾਹੇ ਕੋਈ ਵੀ, ਚਾਹੇ ਕੋਈ ਵੱਡਾ ਵੱਡਾ ਵੱਡੇ ਤੋਂ ਵੱਡਾ ਸਿੱਖ ਚਿੰਤਕ ਹੈ, ਉਹਨੇ ਸਿਰਫ ਆਪਣਾ ਲੈਕਚਰ ਦੇਣਾ, ਆਪਣਾ ਅੱਧੇ ਘੰਟੇ 2 ਘੰਟੇ ਦਾ, ਅਤੇ ਉੱਥੋਂ ਪੈਸੇ ਲੈ ਕੇ ਆਪਾਂ ਨਿਕਲ ਜਾਣਾ। ਬਹੁਤ ਵੱਡੇ ਵੱਡੇ ਗੱਲਾਂ ਮਾਰ ਗਏ, ਪੰਜਾਬੀ ਨੂੰ ਬਚਾਓ, ਪੰਜਾਬੀ ਨੂੰ ਖਤਰਾ, ਕੋਈ ਖਤਰਾ ਨਹੀਂ ਹੈ ਪੰਜਾਬੀ ਨੂੰ, ਖਤਰਾ ਹੈਗਾ ਸਿਰਫ ਪੰਜਾਬੀ ਨੂੰ, ਸਿਰਫ ਪੰਜਾਬ ਦੀ ਖਤਰਾ ਹੈਗਾ, ਕਿਉਂਕਿ ਪੰਜਾਬ ਦੇ ਲੋਕ ਪੰਜਾਬੀ ਨੂੰ ਛੱਡ ਕੇ ਹੁਣ ਇੰਗਲਿਸ਼ ਮੀਡੀਅਮ ਕਹਿੰਦੇ ਰੁਝਾਨ ਕਰਨ ਲੱਗ ਜਾਣ। ਪੰਜਾਬੀ ਬੋਲਣੀ ਸਾਰਿਆਂ ਨੂੰ ਆਉਂਦੀ ਹੈ, ਪੰਜਾਬੀ ਬੋਲ ਸਾਰੇ ਲੈਂਦੇ, ਪਰ ਪੰਜਾਬੀ ਲਿਖਣੀ ਔਖੀ ਹੋਈ ਹੈ। ਹੁਣ ਜਿੰਨੇ ਵੀ ਗਾਣੇ ਨੇ, ਜਿੰਨੇ ਹੁਣ ਤੋਂ ਤੁਸੀਂ ਦੋਸਤੋ ਫਿਲਮ ਇੰਡਸਟਰੀ ਦੇ ਵਿੱਚ ਦੇਖ ਰਹੇ ਹੋ, ਟੋਟਲ ਜਿੰਨੇ ਵੀ ਗਾਣੇ ਬਣ ਰਹੇ ਨੇ ਉਹ ਹੈ ਤਾਂ ਪੰਜਾਬੀ, ਪਰ ਉਹਨੂੰ ਕੀ ਉਹਨੂੰ ਪੰਜਾਬੀ ਟੱਚ ਦੇ ਕੇ ਉਹਨੂੰ ਹਿੰਦੀ ਦੇ ਵਿੱਚ ਕਨਵਰਟ ਕਰ ਦਿੱਤਾ ਜਾਂਦਾ, ਇਹ ਤਾਂ ਹੁਣ ਸਾਡੀ ਲੈਂਗੁਏਜ ਨਾਲ ਹੋ ਰਿਹਾ। ਤਾਂ ਹੁਣ ਜੇ ਹੁਣ ਕਾਫੀ ਸਾਨੂੰ ਇਹ ਬੈਟਰ ਨੂੰ ਜਿਹੜਾ ਕਿ ਸੋਸ਼ਲ ਮੀਡੀਆ ਜਾਂ ਵਟਸਐਪ ਜਾਂ ਫੇਸਬੁੱਕ ਤੱਕ ਨਹੀਂ ਰੱਖਣਾ ਚਾਹੀਦਾ, ਸਾਨੂੰ ਇਹਨੂੰ ਜ਼ਮੀਨੀ ਪੱਧਰ 'ਤੇ ਵੀ ਲੈ ਕੇ ਆਉਣਾ ਚਾਹੀਦਾ, ਅਤੇ ਅਸੀਂ ਜਦ ਤੱਕ ਆਪਣੇ ਬੱਚਿਆਂ ਨਾਲ ਗੱਲ ਕਰੀਏ ਅਤੇ ਉਸ ਜੰਮਦੇ ਬੱਚੇ ਨੂੰ ਅਸੀਂ ਪੰਜਾਬੀ ਦੇ ਵਿੱਚ ਉੜਿਆ ਜਿਹੜਾ ਸਿਖਾਉਣ, ਦੂਜੇ ਅਸੀਂ ਉਹਨੂੰ ਸਭ ਤੋਂ ਪਹਿਲਾਂ ਏ ਬੀ ਸੀ ਸਿਖਾਉਣੀ ਸ਼ੁਰੂ ਕਰਦੇ ਹਾਂ। ਅਸੀਂ ਉਹਨੂੰ ਇਹ ਦੇਣਾ ਨੋਜ਼, ਆਈਜ਼, ਫਿੰਗਰ, ਅਸੀਂ ਉਹਨੂੰ ਇਹ ਦੱਸੀ ਵੀ ਤੱਤ, ਕੰਨ, ਨੱਕ, ਅਸੀਂ ਇਹਦਾ ਦੱਸ ਹੀ ਦੇ ਜੰਮਦੇ ਬੱਚੇ ਦੇ ਦਿਮਾਗ ਦੇ ਵਿੱਚ ਅਸੀਂ ਇੰਗਲਿਸ਼ ਬਿਠਾ ਰਹੇ ਹਾਂ, ਇਸ ਕਰਕੇ ਸਾਡੀ ਪੰਜਾਬੀ ਪਛੜੀ ਜਾ ਰਹੀ ਹੈ। ਦੋਸਤੋ, ਮੇਰੇ ਤਾਂ ਇਸ ਪੰਜਾਬੀ ਨੂੰ ਬਚਾਉਣ ਲਈ ਇੰਨੇ ਕੁ ਵਿਚਾਰ ਨੇ, ਬਾਕੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੇ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ। ਬਾਕੀ ਮਿਲਾਂਗੇ ਅਗਲੀ ਵੀਡੀਓ 'ਚ।